हां जी भाई चांदपुरा ਬੰਦੇ ਖੜੇ ਆ ਇੱਕ ਖੁਸ਼ੀ ਦੀ ਖਬਰ ਹੈ ਜਿਹੜਾ ਬੰਨ ਹੈ ਭਰਿਆ ਜਾ ਚੁੱਕਾ ਹੈ ਬਾਈ ਦੋਹੇ ਸਾਈਡਾਂ ਦਾ ਮਿੱਟੀ ਦਾ ਜਿਹੜਾ ਕੰਮ ਚੱਲਿਆ ਸੀ ਦੋਹੇ ਸਾਈਡਾਂ ਦਾ ਪਾਉਂਦੇ ਸੀਗੇ ਹੁਣੇ ਬੰਨ ਮਿਲ ਚੁੱਕਿਆ ਉੱਪਰ ਮਿੱਟੀ ਪਾਣੀ ਹਜੇ ਬਾਕੀ ਹੈ ਪਿੱਛੋਂ ਕਹਿੰਦੇ ਪਾਣੀ ਆ ਰਿਹਾ ਬਹੁਤ ਖਬਰਾਂ ਵਾਇਰਲ ਹੋ ਰਹੀਆਂ ਨੇ ਪਰਸੋਂ ਦੀਆਂ ਬਾਈ ਚਲੋ ਰੱਬ ਨਾ ਕਰੇ ਬਾਈ ਪਾਣੀ ਜੇ ਆਉਂਦਾ ਵੀ ਹੈ ਤਾਂ ਅੱਗੇ ਇੰਤਜ਼ਾਮ ਹੈ ਜਿਹੜਾ ਹੋ ਚੁੱਕਿਆ ਹੈ ਦੋ ਤਿੰਨ ਦਿਨਾਂ ਦੇ ਵਿੱਚ ਮਿੱਟੀ ਉੱਤੇ ਵੀ ਹੋ ਚੜਜੂਗੀ ਬਾਈ ਤੇ ਖਬਰਾਂ ਬਾਈ ਬਹੁਤ ਜ਼ਿਆਦੇ ਵਾਇਰਲ ਹੋ ਰਹੀਆਂ ਨੇ ਪਰ ਹਲੇ ਤੱਕ ਇੱਥੇ ਬੂੰਦ ਨਹੀਂ ਆਈ ਪਰ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਾਣੀ ਇੱਕ ਚੋਰ ਦੀ ਤਰ੍ਹਾਂ ਹੁੰਦਾ ਹੈ ਪਾਣੀ ਕਦੋਂ ਵੀ ਆ ਸਕਦਾ ਹੈ ਚਲੋ ਖਬਰਾਂ ਕਿਵੇਂ ਵੀ ਨੇ ਕੋਈ ਝੂਠੀਆਂ ਹਵਾਵਾਂ ਫੁਲਾ ਰਹੇ ਕਿਵੇਂ ਵੀ ਨੇ ਪਰ ਪਾਣੀ ਇੱਕ ਚੋਰ ਦੀ ਤਰ੍ਹਾਂ ਹੁੰਦਾ ਹੈ ਤੇ ਭਰੋਸਾ ਕਦੇ ਵੀ ਨਹੀਂ ਕੀਤਾ ਜਾ ਸਕਦਾ ਕਦੋਂ ਵੀ ਆ ਸਕਦਾ ਹੈ ਕਿਸੇ ਦੇ ਹੱਥ 'ਚ ਨਹੀਂ ਹੈਗੀ ਡੋਰ ਬਈ ਇਹਦਾ ਮਤਲਬ ਖਾਤਰ ਹੀ ਹੁੰਦਾ ਕਿਸਾਨਾਂ ਨੂੰ ਇਸ ਬੰਨ ਤੇ ਕਿੰਨਾ ਖਰਚ ਆ ਗਿਆ ਤੁਸੀਂ ਬਈ ਸੋਚ ਵੀ ਨਹੀਂ ਸਕਦੇ ਵੀ ਕਿੰਨਾ ਇਹ ਤੇ ਖਰਚ ਆ ਗਿਆ ਘਟੋ ਘਟ ਵੀ 80-90 ਲੱਖ ਰੁਪਏ ਇਹ ਬੰਨ ਤੇ ਖਰਚਾ ਆ ਜਾਊਗਾ ਆਪਾਂ ਕਹਿੰਦੇ ਸੀ ਪਹਿਲਾਂ ਆਪਾਂ ਉਧਰ ਵੀਡੀਓ ਪਾਈ ਸੀ ਬਾਹਾਂ ਦੀ ਵੀ ਇੱਥੇ 20-30 ਲੱਖ ਰੁਪਏ ਖਰਚਾ ਆਊਗਾ 6 ਕਿੱਲਾਂ ਚ ਮਿੱਟੀ ਸੀ ਕਈ ਕਹਿੰਦੇ ਵੀ ਇੰਨਾ ਖਰਚਾ ਆਉਂਦਾ ਨਹੀਂ ਭਾਈ ਜਿਹਦੇ ਨਾਲ ਬਣੀ ਹੋਵੇ ਉਸੇ ਨੂੰ ਪਤਾ ਹੁੰਦਾ ਵੀ ਕਿੰਨਾ ਖਰਚਾ ਆਉਂਦਾ ਹੁਣ ਤੁਸੀਂ ਲਾ ਲਓ ਵੀ 5-7 ਫੁੱਟ ਫੁੱਟ ਦਾ ਟਿੱਬਾ ਚੱਕਣਾ ਕਿੰਨਾ ਔਖਾ ਹੁੰਦਾ ਜਿਉ ਤਾਂ ਕਿੰਨਾ ਖਰਚਾ ਆ ਜਾਂਦਾ ਜਿਹਨੇ ਚੱਕਿਆ ਉਹ ਉਸੇ ਨੂੰ ਪਤਾ ਹੁੰਦਾ ਬਾਕੀ ਇਸ ਬੰਨ ਚ ਪਤਾ ਹੀ ਨਹੀਂ ਭਾਈ ਕਿੰਨੀ ਮਿੱਟੀ ਪੈ ਚੁੱਕੀ ਹੈ ਤੁਹਾਡੇ ਸਾਹਮਣੇ ਭਾਈ 10 ਦਿਨ ਹੋ ਗਏ ਚ ਕਟੋ-ਕਟ 10 ਤੋਂ 15 ਟਰੈਕਟਰ ਜਿਹੜੇ ਇੱਕ ਸਾਈਡ ਤੇ ਕੰਮ ਕਰਦੇ ਬਾਕੀ ਟਰੈਕਟਰ ਪਰਲੀ ਸਾਈਡ ਕੰਮ ਕਰਦੇ ਵਿੱਚ ਮਿੱਟੀ ਲਗਾਤਾਰ ਪਈ ਜਾਂਦੀ ਐ ਇੰਨੀ ਜਿਆਦਾ ਮਿੱਟੀ ਪੈ ਗਈ ਐ ਇੰਨੇ ਗੱਟੇ ਪੈ ਗਏ 6 ਤੋਂ 7 ਜਿਹੜੀਆਂ ਜੀਸੀਬੀਆਂ ਕੰਮ ਕਰਦੀਆਂ ਵਿੱਚ ਪੋਪ ਲਾਈਨ ਵੀ ਆ ਗਈਆਂ ਬਾਈ ਤੁਸੀਂ ਹੁਣ ਹਿਸਾਬ ਲਾ ਲਓ ਵੀ ਕਿੰਨਾ ਇਹ ਤੇ ਖਰਚਾ ਆ ਗਿਆ ਹੁਣ ਕਿੰਨੀ ਇਹਦੇ ਵਿੱਚ ਮਿੱਟੀ ਪੈ ਗਈ ਹੋਣੀ ਬਾਈ ਹੁਣ ਜਿਹੜਾ ਸਾਈਡ ਤੇ ਟੋਆ ਪਟਿਆ ਹੋਇਆ ਬਾਈ ਇਧਰ ਚਾਂਦਪੁਰਾ ਸਾਈਡ ਪਰਲੀ ਸਾਈਡ ਵੀ ਐ ਪਰ ਚਾਂਦਪੁਰਾ ਸਾਈਡ ਐ ਜਿਹੜਾ ਵੱਡਾ ਟੋਆ ਹੈ ਕਿਉਂਕਿ ਪਾਣੀ ਧਾਰ ਉੱਥੇ ਡਿੱਗਦੀ ਸੀ ਹੁਣ ਤੁਸੀਂ ਉੱਥੇ ਹਿਸਾਬ ਇੱਥੇ ਇੰਨਾ ਖਰਚਾ ਆ ਗਿਆ ਤਾਂ ਉੱਥੇ ਕਿੰਨਾ ਖਰਚਾ ਆਜੂਗਾ ਤੁਸੀਂ ਹਿਸਾਬ ਲਾ ਸਕਦੇ ਹੋ ਇਸ ਚੀਜ਼ ਤੋਂ ਵੀ ਉਹ ਕਿਸਾਨ ਦਾ ਕਿੰਨਾ ਖਰਚਾ ਆਜੂਗਾ ਆਪਾਂ ਕਹਿ ਤਾਂ ਦਿੰਨੇ ਵੀ ਇੰਨਾ ਖਰਚਾ ਆਉਂਦਾ ਨਹੀਂ ਬਾਈ ਪਰ ਜਿਹਦੇ ਨਾਲ ਬਣੀ ਹੋਵੇ ਉਸੇ ਨੂੰ ਪਤਾ ਹੁੰਦਾ ਵੀ ਇਹਦੇ ਕਿੰਨਾ ਖਰਚਾ ਆਊਗਾ ਬਾਈ ਕਿਉਂਕਿ ਟਿੱਬੇ ਜਿਵੇਂ ਇੱਕ ਤਰ੍ਹਾਂ ਪੱਟੇਬਾ ਚੱਕਣੀ ਆਪ ਨੂੰ ਔਖ ਹੋ ਜਾਂਦਾ ਹੈ ਇਹਦਾ ਫਿਰ ਵੀ ਚੰਗੀਆਂ ਪਜਾਊ ਜ਼ਮੀਨਾਂ 'ਚ ਨੁਕਸਾਨ ਹੋ ਗਿਆ ਬਾਈ ਜਦੋਂ ਪਜਾਊ ਜ਼ਮੀਨ 'ਚ ਕੋਈ ਨੁਕਸਾਨ ਹੋ ਜੇ ਨਾ ਬੰਦੇ ਦਾ ਦਿਲ ਟੁੱਟ ਜਾਂਦਾ ਹੈ ਇੱਕਦਾਂ ਟੱਬਾ ਹੁੰਦਾ ਤਾਂ ਬਾਈ ਪਤਾ ਹੀ ਹੁੰਦਾ ਆਪਾਂ ਨੂੰ ਵੀ ਚੱਕਣਾ ਪਊ ਕਦੇ ਨਾ ਕਦੇ ਇੱਕ ਪਜਾਊ ਜ਼ ਇਹ ਚੀਜ਼ ਕਦੇ ਵੀ ਕਿਸਾਨ ਚੱਲ ਨਹੀਂ ਸਕਦਾ ਬਈ ਇਹ ਸਭ ਤੋਂ ਵੱਡਾ ਨੁਕਸਾਨ ਇਹੋ ਹੀ ਹੁੰਦਾ ਹੈ ਤੇ ਇੱਕ ਆਪਾਂ 6 ਕਿੱਲੇ ਵਾਲੀ ਵੀਡੀਓ ਪਈ ਹੋਈ ਸੀ ਬਈ ਇੱਕ ਬਾਈ ਕਹਿੰਦਾ ਵੀ 6 ਕਿੱਲਾਂ ਚ ਵੀ ਚੱਲ ਨੁਕਸਾਨ ਹੋ ਗਿਆ ਫਿਰ ਕਿੱਡੀ ਗੱਲ ਹੈ ਬਈ ਉਹਦੇ ਮਤਲਬ ਕਿ ਇੱਕ ਗਲਤ ਸ਼ਬਦਾਵਲੀ ਵਰਤੀ ਵੀ ਜ਼ਮੀਨਾਂ ਦਾ ਨੁਕਸਾਨ ਨਹੀਂ ਹੈ ਗਿਆ ਉਹਨੇ ਐਂ ਕਿਹਾ ਬਈ 5-6 ਫੁੱਟ ਰੇਤਾ ਚੜਾਇਆ ਪਿਆ ਹੁਣ ਤੁਸੀਂ ਲਾ ਲਓ ਬਈ ਉੱਥੇ ਨੁਕਸਾਨ ਕਿਉਂ ਨਹੀਂ ਹੈ ਗਿਆ ਉਹ ਬਾਈ ਦਾ ਕਹਿਣਾ ਸੀ ਵੀ ਜਿੱਥੇ ਘਰ ਡਿੱਗੇ ਨੇ ਉੱਥੇ ਜ਼ਿਆਦਾ ਨੁਕਸਾਨ ਹੈ ਘਰ ਡਿੱਗੇ ਨੇ ਬਈ ਉੱਥੇ ਵੀ ਨੁਕਸਾਨ ਹੈ ਗਿਆ ਮੰਨਦੇ ਆ ਪਰ ਜਿਹਦੇ ਸਰਤੇ ਬੰਦਾ ਆਪਣਾ ਘਰ ਚਲਾਉਂਦਾ ਹੋਵੇ ਉੱਥੇ ਨੁਕਸਾਨ ਹੋ ਜੇ ਉਹ ਵੀ ਬਈ ਘਰ ਹੀ ਹੁੰਦਾ ਆਪਣਾ ਕਿਉਂਕਿ ਇਸ ਚੀਜ਼ ਤੋਂ ਹੀ ਆਪਣਾ ਘਰ ਚੱਲਦਾ ਜਿਹੜੀ ਜ਼ਮੀਨ ਹੈ ਇਸ ਤੋਂ ਹੀ ਘਰ ਚੱਲਦਾ ਹੈ ਉਹ ਘਰ ਨਾਲ ਵੀ ਉਤੋਂ ਦੀ ਹੋ ਗਿਆ ਬਾਈ ਹੁਣ ਜੇ ਜ਼ਮੀਨ ਚੋਂ ਇਹ ਨਹੀਂ ਕੋਸਾ ਆਪਣਾ ਨਿਕਲੂਗਾ ਤਾਂ ਘਰ ਆਪਾਂ ਕਿਵੇਂ ਚਲਾਵਾਂਗੇ ਘਰ ਵੀ ਉਜੜਿਆ ਵਾਂਗੂ ਹੀ ਆ ਬਾਈ ਫਿਰ ਘਰ ਕਿਵੇਂ ਚੱਲਣਗੇ ਫਿਰ ਇਹ ਬਾਈ ਸਮਝਣਾ ਚਾਹੀਦਾ ਤੁਹਾਨੂੰ ਵੀ ਜੇ ਕਿਸੇ ਗਰੀਬ ਦਾ ਘਰ ਡੈ ਇਹਦਾ ਨੁਕਸਾਨ ਉਹ ਵੀ ਹੈ ਜੇ ਜ਼ਮੀਨ ਦਾ ਨੁਕਸਾਨ ਹੁੰਦਾ ਤਾਂ ਨੁਕਸਾਨ ਉਹ ਵੀ ਨੁਕਸਾਨ ਤਾਂ ਬਾਈ ਇਹ ਰੋੜਾਂ ਦਾ ਵੀ ਹੋਇਆ ਨਾ ਨੁਕਸਾਨ ਤਾਂ ਪਾਉਨ ਨੂੰ ਵੀ ਮੰਨਦੇ ਆ ਕਿਉਂਕਿ ਸਰਕਾਰ ਦਾ ਨੁਕਸਾਨ ਚੱਲ ਕਿਵੇਂ ਲਾ ਲਓ ਨੁਕਸਾਨ ਤਾਂ ਨੁਕਸਾਨ ਹੀ ਹੈ ਭਾਈ ਇਹੀ ਜਿਹੀ ਗੱਲਾਂ ਨ ਕਰਿਆ ਕਰੋ ਵੀ ਜ਼ਮੀਨਾਂ ਦਾ ਨੁਕਸਾਨ ਨੇ ਇਹ ਕਰਾਂ ਨੁਕਸਾਨ ਹੈ ਨੁਕਸਾਨ ਸਾਰਿਆਂ ਦੀ ਹੈ ਭਾਈ ਬੇਨਤੀ ਹੈ ਭਾਈ ਇਹੀ ਫਰਕ ਪਾਉਣ ਵਾਲੀ ਗੱਲਾਂ ਨ ਕਰਿਆ ਕਰੋ ਹੱਥ ਬੰਨ੍ਹ ਕੇ ਬੇਨਤੀ